वाहिगुरु जी का खालसा, श्री वाहिगुरु जी की फतेह। साखी भगत रविदास जी, झाली राणी की कथा। रविदास भगत वड़े हो गए ते उन्हां दे मंदर दे विच सवेरे शाम बड़ी रौनक रहिंदी, कीर्तन हुंदा, अमीर गरीब चेले बन गए, बेअंत चढ़ावा चढ़न लगा ते भंडारे चल पए। गरीब ते संत साधु दोवें पेट भर के भोजन छकते। रविदास जी की शोभा कांची दे चुगिरदे जी नारी सगों भारत के बाकी हिस्सों च भी शोभा सुगंधी का रूप धारण करके खिलर गई। राजपुताने के प्रसिद्ध किले चित्तौड़ दे विच भी किसी ने जा दस्या कि रविदास भगत है। भगवान ने उसनू सारियां रिद्धियां सिद्धियां बख्श दित्तियां हन। भगवान सदा उसदे कोल उसकी आग्ञा का पालन करन वास्ते रहिंदे हन। चित्तौड़ दे राजे दी धर्म पत्नी राणी झाला सी। ਉਹ ਬੜੀ ਧਰਮ ਖਿਆਲਾਂ ਦੀ ਅਤੇ ਦਇਆਵਾਨ ਸੀ। ਉਸਨੂੰ ਜਦੋਂ ਰਵਿਦਾਸ ਜੀ ਦੀ ਸੋਭਾ ਦਾ ਪਤਾ ਲੱਗਿਆ ਤਾਂ ਉਸਦੇ ਹਿਰਦੇ 'ਚ ਭਗਤ ਜੀ ਦੇ ਦਰਸ਼ਨਾਂ ਦੀ ਲਗਨ ਲੱਗ ਗਈ। ਰਾਣੀ ਸੀ, ਦੂਜਾ ਪਤੀ ਦੇ ਨਾਲ ਪਿਆਰ ਸੀ, ਕਿਸੇ ਚੀਜ਼ ਦੀ ਥੁੜ ਨਹੀਂ ਸੀ। ਰਾਜੇ ਦੇ ਕੋਲੋਂ ਆਗਿਆ ਹਾਸਲ ਕਰਕੇ ਉਹ ਬ੍ਰਾਹਮਣਾਂ ਨੂੰ ਨਾਲ ਲੈ ਕੇ ਤੀਰਥ ਯਾਤਰਾ ਦੇ ਬਹਾਨੇ ਕਾਂਸ਼ੀ ਆ ਗਈ। ਗੰਗਾ ਇਸ਼ਨਾਨ ਨਹੀਂ ਕੀਤਾ, ਕਿਸੇ ਬ੍ਰਾਹਮਣ ਮੰਦਰ 'ਚ ਨਹੀਂ ਗਈ, ਸਗੋਂ ਸਿੱਧੀ ਰਵਿਦਾਸ ਜੀ ਦੇ ਮੰਦਰ 'ਚ ਪਹੁੰਚ ਗਈ। ਅੱਗੇ ਹਰੀ ਨਾਮ ਦਾ ਕੀਰਤਨ ਹੋ ਰਿਹਾ ਸੀ। ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਆਸਣ ਜਵਾਈ ਰਵਿਦਾਸ ਜੀ ਪ੍ਰਭੂ ਗੁਣ ਗਾ ਰਹੇ ਸਨ। ਉਸ ਵੇਲੇ ਸ਼ਬਦ ਪੜਿਆ ਜਾ ਰਿਹਾ ਸੀ, ਹਰਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹੀਂਗੇ ਸਤ ਪਾਖੇ ਰਵਿਦਾਸ। ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਹੇਰਾ, ਰਹਾਓ ਰਾਖੋ ਕੰਧ ਉਸਾਰਹਿ ਨੀਵਾ, ਸਾਢੇ ਤੀਨ ਹਾਥ ਤੇਰੀ ਸੀਵਾ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗਏ ਭਸਮ ਕੀ ਢੇਰੀ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪਾਤ, ਕਮੀਨੀ ਓਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਸੋਰਠ ਪਰਮਾਰਥ। ਭਗਤ ਜੀ ਦੱਸਦੇ ਹਨ, ਭਾਈ ਇਹ ਸਰੀਰ 'ਤੇ ਜੋ ਮਾਣ ਕਰਦੇ ਨੇ ਇਹ ਪਾਣੀ ਦੀ ਕੰਧ ਹੈ, ਸਾਸ ਦਾ ਆਸਰਾ ਹੈ, ਬੀਰਜ ਮਾਸ ਅਤੇ ਮਾਂ ਬਾਪ ਦੇ ਬੀਰਜ ਨੂੰ ਇਸ ਨੂੰ ਗਾਰਾ ਲੱਗਿਆ ਹੋਇਆ ਹੈ, ਹੱਡੀਆਂ ਮਾਸ ਅਤੇ ਨਾੜੀਆਂ ਦਾ ਇਹ ਪਿੰਜਰਾ ਹੈ, ਇਸ ਪਿੰਜਰੇ ਦੇ ਵਿੱਚ ਪੰਛੀ ਜੀਵ ਆਤਮਾ ਵਸ ਰਿਹਾ ਹੈ। ਭਾਈ ਇਸ ਜਗਤ ਦੇ ਵਿੱਚ ਕੁਛ ਤੇਰਾ ਮੇਰਾ ਨਹੀਂ, ਜਿਵੇਂ ਪੰਛੀ ਸ਼ਾਮ ਨੂੰ ਆਉਂਦੇ ਰੁੱਖ 'ਤੇ ਬੈਠ ਜਾਂਦੇ ਨੇ, ਸਵੇਰੇ ਹੋਣ 'ਤੇ ਉੱਡ ਜਾਂਦੇ ਨੇ, ਅਗਲੇ ਦਿਨ ਸ਼ਾਇਦ ਕਿਸੇ ਹੋਰ ਦਰਖਤ 'ਤੇ ਜਾ ਕੇ ਬੈਠ ਜਾਣ, ਇਸ ਵਾਸਤੇ ਉਹ ਉਸ ਰੁੱਖ ਨੂੰ ਕਦੇ ਆਪਣਾ ਨਹੀਂ ਆਖਦੇ। ਇਸੇ ਤਰ੍ਹਾਂ ਜੀਵ ਇਸ ਸੰਸਾਰ 'ਤੇ ਆਉਂਦਾ ਅਤੇ ਚੱਲਿਆ ਜਾਂਦਾ ਹੈ, ਨਾ ਆਉਂਦਿਆਂ ਦੇ ਨਾਲ ਕੁਝ ਲਿਆਉਂਦਾ, ਨਾ ਜਾਂਦਿਆਂ ਦੇ ਨਾਲ ਕੋਈ ਜਗਤ ਦੀ ਵਸਤੂ ਨਾਲ ਲੈ ਕੇ ਜਾਂਦਾ, ਸਗੋਂ ਮਿੱਟੀ ਦਾ ਸਰੀਰ ਵੀ ਇੱਥੇ ਹੀ ਛੱਡਣਾ ਪੈਂਦਾ ਹੈ। ਇਸ ਸਰੀਰ ਦੇ ਸੁੱਖਾਂ ਵਾਸਤੇ ਤੂੰ ਜੋ ਡੂੰਘੀਆਂ ਨੀਹਾਂ ਰੱਖ ਕੇ ਮੰਦਰ ਦੇ ਕਿਲੇ ਉਸਾਰ ਰਿਹਾ ਹੈ, ਇਸ ਦਾ ਕੀ ਲਾਭ? ਤੇਰੇ ਵਾਸਤੇ ਤਾਂ ਸਾਢੇ ਤਿੰਨ ਹੱਥ ਥਾਂ ਹੀ ਕਾਫੀ ਹੈ। ਉਹ ਮੂਰਖ ਬੰਦੇ ਸੁੰਦਰ ਵਾਲ ਵਾ ਕੇ ਪੱਗ ਨੂੰ ਟੇਢੀ ਬੰਨ ਕੇ ਆਕੜ ਕੇ ਤੁਰਦਾ ਹੈ, ਪਰ ਇਹ ਕਦੇ ਸੋਚਿਆ ਕਿ ਇਸ ਧਨ ਨੇ ਇੱਕ ਦਿਨ ਮਿੱਟੀ ਦਾ ਢੇਰ ਹੋ ਜਾਣਾ? ਹੇ ਉੱਚੇ ਮੰਦਰ, ਸ਼ੀਸ਼ ਮਹਿਲਾਂ ਵਿੱਚ ਰਹਿਣ ਵਾਲਿਓ, ਸੁੰਦਰ ਜੋਬਨ ਮਤਿਓ ਮੁਟਿਆਰੋ, ਰਾਮ ਨਾਮ ਤੋਂ ਬਿਨਾਂ ਜੀਵਨ ਬਾਜੀ ਹਾਰ ਜਾਵੋਗੀਆਂ। ਇਹ ਵੀ ਅਰਥ ਉੱਚੇ ਮੰਦਰ ਅਤੇ ਸੁੰਦਰ ਇਸਤਰੀਆਂ ਦੇ ਵਿੱਚ ਤੂੰ ਪ੍ਰੀਤ ਕੀਤੀ, ਅਫਸੋਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਜੀ ਹਾਰ ਦਿੱਤੀ, ਭਾਵ ਮਨੁੱਖਾ ਜਨਮ ਗਵਾ ਲਿਆ। ਭਾਈ ਬਿਸ਼ਨ ਸਿੰਘ ਜੀ। ਮੇਰੀ ਜਾਤ ਨੀਵੀਂ ਹੈ, ਪੱਤ ਨੀਵੀਂ ਹੈ, ਜਨਮ ਵੀ ਚਮਾਰਾਂ ਦੇ ਘਰ ਹੋਇਆ ਹੈ, ਜਿਨ੍ਹਾਂ ਨੂੰ ਸ਼ੂਦਰ ਅਤੇ ਅਛੂਤ ਆਖਿਆ ਜਾਂਦਾ ਹੈ, ਕੋਈ ਲਾਗੇ ਨਹੀਂ ਬੈਠਣ ਦਿੰਦਾ, ਫਿਰ ਵੀ ਦਾਤਾ ਬਖਸ਼ ਮਿਹਰ ਕਰ, ਮੈਂ ਤੇਰੀ ਸ਼ਰਨ ਆ ਡਿੱਗਾਂ, ਤੇਰੇ ਬਿਨਾਂ ਮੇਰਾ ਹੋਰ ਕੋਈ ਨਹੀਂ। ਰਵਿਦਾਸ ਜੀ ਦੇ ਪਵਿੱਤਰ ਮੁੱਖੋਂ ਬਾਣੀ ਸੁਣਦੇ ਸਾਰ ਰਾਣੀ ਦੇ ਕਪਾਟ ਖੁੱਲ੍ਹ ਗਏ, ਉਸਦੀ ਆਤਮਾ ਸੁਰਜੀਤ ਹੋ ਗਈ। ਉਸਨੇ ਮਨ ਹੀ ਮਨ 'ਚ ਸੋਚਿਆ ਕਿ ਚੰਗਾ ਹੋ ਗਿਆ, ਛੋਟੀ ਉਮਰ 'ਚ ਹੀ ਭਗਤੀ ਮਾਰਗ 'ਤੇ ਤੁਰ ਪਈ ਹਾਂ, ਸ਼ਾਹੀ ਮੰਦਰਾਂ 'ਚ ਰਾਮ ਨਾਮ ਤੋਂ ਬਿਨਾਂ ਰਹਿਣਾ ਬੇਅਰਥ ਹੈ। ਰਾਮ ਸਿਮਰਨ ਵਾਸਤੇ ਉਹ ਤੜਪੀ। ਜਦੋਂ ਕੀਰਤਨ ਹੋ ਗਿਆ ਤਾਂ ਰਾਣੀ ਝਾਲੀ ਰਵਿਦਾਸ ਜੀ ਦੇ ਚਰਨਾਂ ਦੇ ਵਿੱਚ ਡਿੱਗ ਪਈ ਅਤੇ ਅਰਜੋਈ ਕਰਨ ਲੱਗੀ, ਹੇ ਪ੍ਰਭੂ, ਹੇ ਨਾਥ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਸ਼ਰਨ ਲਾ ਕੇ ਭਗਤੀ ਮਾਰਗ 'ਤੇ ਤੁਰਨ ਦਾ ਵੱਲ ਦੱਸੋ, ਮੈਂ ਪਾਪਣ ਮਨੁੱਖਾ ਜਨਮ ਦਾ ਮੁੱਲ ਹੀ ਨਹੀਂ ਜਾਣਿਆ, ਜੀਵਨ ਦੇ ਜਿਤਨੇ ਵੀ ਦਿਨ ਗਵਾਏ ਨੇ ਉਹ ਬੇਅਰਥ ਗਵਾਏ ਨੇ, ਮੈਨੂੰ ਆਪਣੀ ਚੇਲੀ ਬਣਾ ਲਓ, ਮੈਂ ਸੇਵਾ ਕਰਾਂਗੀ, ਸਿਮਰਨ ਕਰਾਂਗੀ, ਰਾਮ ਨਾਮ ਤੋਂ ਰਾਜ ਅਤੇ ਦੁਨਿਆਵੀ ਸੁੱਖ ਵਾਰ ਦਿਆਂਗੀ, ਮੈਂ ਹਜੇ ਤੱਕ ਕਿਸੇ ਦੇ ਕੋਲ ਨਾਮ ਜਪਣ ਦੀ ਜੁਗਤੀ ਸੁਣੀ ਹੀ ਨਹੀਂ। ਰਾਣੀ ਝਾਲੀ ਦੀ ਅਰਜੋਈ ਪ੍ਰਵਾਨ ਚੜ੍ਹ ਗਈ, ਰਵਿਦਾਸ ਜੀ ਨੇ ਉਸਨੂੰ ਆਪਣੀ ਚੇਲੀ ਬਣਾ ਲਿਆ।
राणी तीर्थ यात्रा वास्ते जिन्ना धन ते कपड़ा लियाई उह सारा रविदास जी दे चरणा ते रख के मत्था टेक दिता। आत्मा शांत हो गई, सारी भटकना खट गई, मिट गई, हरी नाम जपण लगी। निरा जपण ही ना लगी, सगों खड़तालां छैणे हथ फड़ के रविदास जी की बाणी नूं गाउण लगी। इस्त्री सी, गला रसीला सी, आत्मा दे विच भगती दा जोश सी। वह जदों बाणी गाउंदी तां पंछियां नूं कील के समानों सुट लिआउंदी। राम नाम सिमरन दे बल ने सचमुच उसनूं चली कर दिता। सारे कांची दे विच चर्चा छिड़पी कि चित्तौड़गढ़ नरेश की राणी झाली बाई रविदास जी की चेली बन गई। हरी कीर्तन करती है, सारी दौलत लुटा दिती है। सो गरीबां, हट्टी वालियां, ब्राह्मणां ते पंडतां दे घरों करी यही गल्लां हुंदियां। हजारां लोग दर्शन करन वास्ते आउंदे, दर्शन करके ही ना मुड़ जांदे, सगों उहदा कीर्तन भी सुनदे। पूरा महीना कांछी रह के राणी झाली अपने वतन नूं मुड़ी। चित्तौड़ नूं जा रही राणी दे जीवन च भारी इनकलाब आ गया। चेहरे उत्ते चौगनी रौनक ते लाली सी, अखां च देवी सरूर सी। वह पालकी च बैठी राम भजन गाई जांदी है। राज महलां च पहुंची, अपने कमरे नूं मंदर दा रूप बना लिया। कदे इकली ते कदे दासियां नूं संग बिठा के हरी कीर्तन करन लगी। सारे चित्तौड़ च चर्चा चल पई कि राणी झाली बाई भगत रविदास दी चेली बन गई है। कीमती कपड़े गहने उतार दिते ते संतनियां वाला लिबास पहन बैठी है, प्रभु दे गुण गाउंदी है। पापी आत्मा कांछी दे ब्राह्मणा नूं बहुत दुख होया कि झाली राणी ने धन पदार्थ उन्हां दी भेठा नहीं कीती। एक चमार दी चेली बन के उन्हें सारा कुछ उसनूं ही सौंप पाई। वो इकट्ठे होकर राणा चित्तौड़गढ़ दे कोले पहुँच गए। राणे दे नाल मुलाकात हुई तां पंडतां ने न्योके रोना शुरू किया। महाराज हनेर हो गया। राजे धर्म ते परजा दे राखे हुंदे ने। धर्म दी मर्यादा नूं जे प्रतापी भारत दे राजे ही तोड़न लग पे तां धर्म किवें बचेगा। राजा, मैं आप लोगों का भाव नहीं समझ सकिया, सीधी गल करो। पंडित महाराज, सीधी गल यह है कि आप दी राणी झाली भाई तीर्थ यात्रा नूं गई सी। कांछी दे रहण वाले चमार रविदास नूं आपदा गुरु धारण करके ले आई। सारे तीर्थां ते दान करन वास्ते जो पदार्थ नाल खड़े सी, उह इकल्ले चमार दी ही भेटा कर रही है। ये हनेर है। राणी ने एक तो पुरातन बजुर्गों की चलाई मर्यादा नूं भंग किया, दूजा उची कुल की राजकुमारी ते चित्तौड़ राज की पटराणी हो के एक चमार नूं गुरु बनाउणा धर्म दे नाल मखौल करना है। चमार दे लंगर दे विचों प्रसाद छक के चरण अमृत पी के जन्म भ्रिष्ट कर बैठी है। इस बदले राणी नूं प्रायश्चित करना चाहिए है, नहीं तो कुल नाश होने का डर है। सारे देवते क्रोप हैं। असी कांछी के सारे विद्वाना ते गुरुआ दे वलों प्रतिनिध होके आए हैं, सब बुरा मना रहे ने। राणी झाली ने राजे नूं गुरु धारण करन दी साखी नहीं सी सुनाई। पंडतां दे कोलों इह गल सुन के उह तड़फ उठिया। उस वेले दीवान खाने च उठ के राणी दे महल नूं गया। अगे राणी हरी कीर्तन दे विच मगन सी। उह रविदास जी का यह शब्द गायन कर रही सी। बेगमपुरा सहर को नाओ, दुख अंदो नहीं तह छाओ। ना तस्वीज खिराज ना माल, खौफ ना खता ना तहस जवाल। अब मोहे खूब वतन गह पाई, ऊहा खैर सदा मेरे पाई रहाओ। कादिम दायम सदा पातशाही, दोम ना सेम एक सो आही। आब दान सदा मशहूर, ऊहा गनी बसे मामूर। त्यों त्यों सैल करे ज्यों पावे, मर हम महल को ना अटकावे। कह रविदास खलास चुमारा, सो हम सहरी सो मीत हमारा कौड़ी। तिसदा परमार्थ भगवान दे अस्थान दा नाम बेगमपुरा है। भाव के उत्थे ना कोई फिक्र है, ना गम है, ना कष्ट है, ना मामला देना पैंदा है, ना उत्थे कोई डरदा है ते ना किसी नूं कोई पीड़ हुंदी है। सुख ही सुख हन अते शांति दा राज है। हुण मैनू चंगे देश घर मिलिया है, उत्थे सत्ते खैरा हन। उत्थे दी पातशाही बदलदी नहीं, वह अमर पातशाही है। पहला दूजा ते तीजा पातशाह नहीं आउंदा। परमात्मा दी भगती वाले पूंजी पत उत्थे बहुत रहिंदे हन। उस शहर च जिवें किसे नूं भावें तिवें उह तुरे फिरे, रोक टोक कोई नहीं। जो वाहिगुरू दे भेती हन उन्हां वास्ते खुल है। जगत दे सब बंधनां तों सुतंत्र रविदास आखदा है कि जिहड़ा देश दा वासी है उह साडा सच्चा मित्र है। शब्द दा भोग पिया। सुभाविक ही राणी ने पिछे मुड़ के देखिया तां राजा जी पिछे खलोते दिखाई दिते। पति दे सत्कार दे वास्ते उठ के खलो गए। मैं सुनिया तू रविदास चमार नूं गुरु धारण करके आई है, राजे ने पुछया। जो कुछ सुनिया सो ठीक है, राणी ने गंभीरता दे नाल उत्तर दिता ते अखां नीवियां कर लईआं। बहुत बुरा कीता, धर्म भ्रिष्ट कर लिया, वड्डे वडेरियां दी कुल रीति नूं भुल गई।
ब्राह्मण तो बिना कोई होर गुरु नहीं हो सकता। कांची दे ब्राह्मण आए ने, वो आखदे ने कि कांची विच चर्चा है, लोग मेरी ते तेरी निंदा कर रहे ने। पंडित आखदे ने राणी नू प्राश्चित करना पवेगा। नहीं, मैं प्राश्चित नहीं करांगी, मैं कोई माड़ा काम नहीं किया, सब मनुख भगवान के अंश ने, पंडित झूठे ते लालची हैं। रविदास वड्डा भगत है, इम्तिहान वेले ओयो ही पास होया सी, गंगा पार तो पत्थर दियां मूर्तां उसे दी गोद विच आईयां सी। ब्राह्मणा उत्ते भगवान खुश नहीं सी, की हो गया रविदास का जीवन नीच जाति का है, पर उसने भगती करके तो अपने आप नूं स्वर्ण बना लिया है। सोने नूं मैल नहीं लगती, वह भावें गंदियां नालियां च पिया रहे, असा सोने की डली वल वेखना है, गंद वल नहीं तकना। स्वामी जी, पंडित तो सानू भुलेखे दे नाल ठगण आए ने, इन्हां नूं रुपये दो, सोना दान करो। कांची च भगवान पंडितां दे कोले नहीं, मैं देख आई हाँ, रविदास गुरु है, वह मैनू सच्चा भगती मार्ग दस्या है, भगवान दे बहुत ही नेड़े है, मेरा भगवान मैनू रोज़ दर्शन दिंदा, मैं रविदास जी की निंदा नहीं सुन सकती। जाओ उन्हां नूं कह दिओ, जगत नूं कह दिओ, शहर च ढंडोरा पिटा दिओ कि राणी झाली रविदास च मार दी चेली है। पिछले वाक राणी झाली ने क्रोध ते जोश दे नाल आखे, उहदा शरीर कंबण लग पिया, अखां च चंडी वर्गी ज्वाला चमकी, बाहीं अकड़ गईयां। राणी दी सच्ची भगती अगे राणा उभासर ना सकिया, उसने नीवी पा ली, उहदा गुस्सा ठंडा हो गया। दूजा, उह राणी दे नाल बहुत प्यार करदा सी, राणी दे विरुद्ध होना उहदे वास्ते कोई सौखा नहीं सी, उह जिन्नी सुंदर जवान ते मिठी बोली सी उन्नी ही उह पतिव्रता सी। राजा इकल्ला पिछे मुड़न लगा तां राणी ने कहा, ठहरो, मैं भी नाल चलदी हाँ, मैं आप पंडितां नूं दसदी हाँ कि वह किहड़ा मूँह लैके भगत रविदास जी की विरोधता करते फिरते ने। राणी नाल तुर पई, राजे दे आखण ते वी ना रुकी, दोवें उस स्थान ते आ गए जिथे पंडित बैठे सन। झरोखे विच खलो के पढ़दे ओले राणी ने पंडितां नूं कहा, पूज्य पंडितो, की तुसानू इह दुख है कि मैं सारा धन पदार्थ भगत रविदास जी के हवाले किया, तुहानू दान नहीं दिता। दो पंडित, हाँ ये ठीक है, सानू दान मिलना चाहिए सी। राणी, होर तो नहीं गुस्सा? पंडित, नहीं, होर सानू की गुस्सा हो सकता, दान लैण दा तां साडा हक है, सो सानू मिलना ही चाहिए। राणी कहा, दो सौ सोने दियां मोहरां इकले इकले नूं मिल जाणगियां, पर सचो सच ये दसो, रविदास की गोद दे विच देवते सी? पंडितां ने कहा, जी हाँ जी आए सी। राणी, फिर वो वड्डा भगत है, किसी नाल ईरखा नहीं करता, जाओ दान मिल जाता है। मेरा राजा जिन्नी मेरी गल सुन सकता है उन्ना तुसी दी नहीं सुन सकता, वो मेरा पति है। पंडितां दा डेपुटेशन पिछे ही मुड़ गया। झाली दे राम ने उस दे पति नूं ठंडा रखिया, पंडित बहुत शर्मिंदा होए। राणी झाली ने राणा मैल नूं प्रेर के रविदास दा शरधालू बना दिता। दोहां जिया ने फैसला किया, रविदास जी नूं चतौड़ सद्या। प्रेम ते भगती दे भुखे रविदास जी सुनेहा मिलदे सार चतौड़ नूं तुर पए। रास्ते विच अपने मिशन दा प्रचार करदे होए रविदास जी चतौड़ पहुंचे। राजमहल का एक हिस्सा उन्हां वास्ते खाली करा दिता, पूजा की समगरी मंगवाई गई, भंडारे खाली किए गए, गरीब गुरबिया नूं अन्न ते कपड़ा दान दिता गया। रविदास जी दे राजमहल पहुंचण ते राणी ने संतां पंडितां विद्वानां नूं सद के एक वड्डा यग करना चाहिया। राणी की सलाह अमल च आ गई, यग का प्रबंध किया गया। शहर के विच पंडित ज्योतिषी विद्वाना ते शहर के पतवंतियां नूं यग दे विच प्रसाद छकण दा न्यौंदा दिता गया। राजा चतौड़ दा न्यौंदा भला शामिल होण तों ना कौन करे। यग दे वल दिन सब इकट्ठे हो गए, पंगतां लग गईआं। जदों प्रसाद वरताउण लगे तां दोहां संतां ने पंडित ने इस गल दी विरोधता कीती कि रविदास पंगत च क्यों बैठा है, ये तां चमार है, असीं धर्म भ्रिष्ट नहीं करवावांगे। संतां दे इह कौड़े बचन रविदास जी ने भी सुण ले, पर उह क्रोधवान नहीं होए, बैठे मुस्कुराउंदे रहे। भगती दे नाल रविदास जी लोकां दा सुधार भी करदे सन। उन्हां ने राणी नूं कोल सद के कहा, दुध विच कांजी घोलनी चंगी नहीं है, मैं पंगत विच नहीं बैठदा, तुसीं संतां पंडितां ते होर आए परौणियां नूं भोजन छकाओ। राणी ने अगे उत्तर दिता, गुरदेव इह नहीं हो सकदा, जे मेरे गुरदेव पंगत विच बैठ के ना प्रसाद छकन तां मेरा छकाया प्रसाद निसफल जाएगा। रविदास जी ने राणी ते राजे नूं समझा लिया, पर राम दा कौतक देखण भुल्ले लोकां नूं चाहे वी तां किसे ढंग दे नाल पौणा होया। राजा साहिब ने पंगत विच जा के आख्या, गुरदेव अजे भोजन नहीं करनगे, आप लोग अचक ते निडर भोजन छकना शुरू करिए। राजे दा ये हुक्म पा के
ਜਾਂ ਪੰਗਤ ਤੇ ਭੋਜਨ ਖਾਣਾ ਸ਼ੁਰੂ ਕੀਤਾ ਤਾਂ ਕਿ ਵੇਖਦੇ ਹਨ ਕਿ ਹਰ ਪੰਡਤ ਸੰਤ ਤੇ ਸ਼ਰਧਾਲੂ ਨੇ ਰਵਿਦਾਸ ਜੀ ਨਾਲ ਬੈਠੇ ਭੋਜਨ ਛਕ ਰਹੇ ਨੇ। ਉਹਨਾਂ ਨੇ ਰਵਿਦਾਸ ਜੀ ਨੂੰ ਨਾਲ ਬੈਠਿਆਂ ਦੇਖਿਆ, ਸਭ ਨੇ ਸ਼ੋਰ ਮਚਾ ਦਿੱਤਾ, ਅਸੀਂ ਨਹੀਂ ਛਕਣਾ ਭੋਜਨ, ਰਵਿਦਾਸ ਕਿਉਂ ਪੰਗਤ ਵਿੱਚ ਆਇਆ ਹੈ। ਪਰ ਭੋਜਨ ਛਕਣ ਵਾਲਿਆਂ ਤੋਂ ਬਿਨਾਂ ਕਿਸੇ ਹੋਰ ਨੂੰ ਦਿਖਾਈ ਨਹੀਂ ਸੀ ਦੇ ਰਿਹਾ। ਵਰਤਾਵਿਆਂ ਨੇ ਆਖਿਆ, ਮਹਾਰਾਜ ਭੋਜਨ ਕਰੀਏ, ਉਹ ਤਾਂ ਜਨਾਨਾ ਮਹਿਲ ਵਿੱਚ ਬੇਫਿਕਰ ਬਿਰਾਜਮਾਨ ਹਨ, ਸਾਰੇ ਪੰਡਿਤ ਤੇ ਜੋਤ ਜੀ, ਕੀ ਆਪ ਨੂੰ ਨਹੀਂ ਦਿਸਦਾ? ਵਰਤਾਵੇ, ਨਹੀਂ ਜੀ, ਇੱਥੇ ਤਾਂ ਕਿਸੇ ਥਾਲ ਦੇ ਵਿੱਚ ਕੋਈ ਦੋ ਪੁਰਸ਼ਾਂ ਨੇ ਭੋਜਨ ਹੀ ਨਹੀਂ ਛਕਾਇਆ ਜਾ ਰਿਹਾ। ਹਰ ਥਾਲੀ ਵਾਲੇ ਨੂੰ ਆਪਣੀ ਥਾਲੀ ਲਾਗੇ ਬੈਠੇ ਹੋਏ ਰਵਿਦਾਸ ਜੀ ਦਿਸ ਰਹੇ ਸਨ, ਦੂਜੇ ਦੇ ਨਾਲ ਬੈਠੇ ਹੋਏ ਨਹੀਂ ਸਨ ਦਿਸਦੇ। ਵਰਤਾਵਿਆਂ ਤੇ ਦਰਸ਼ਕਾਂ ਨੇ ਆਖਿਆ, ਕਿਉਂ ਝੂਠ ਬੋਲਦੇ, ਰਵਿਦਾਸ ਜੀ ਤਾਂ ਅੰਦਰ ਹਨ, ਨਾਲੇ ਹਜ਼ਾਰਾਂ ਪੁਰਸ਼ਾਂ ਦੇ ਨਾਲ ਉਹ ਕਿਵੇਂ ਬੈਠ ਸਕਦੇ ਨੇ? ਆਖਿਰ ਹੈ ਤਾਂ ਉਹ ਇਕੱਲੇ ਹੀ ਨਾ। ਇੱਕ ਸਿਆਣਾ ਪੰਡਿਤ ਹੱਥ ਜੋੜ ਕੇ ਖਲੋਤਾ, ਮੈਂ ਰਾਮ ਦੀ ਮਾਇਆ ਦੇ ਬਲਿਹਾਰ ਜਾਂਦਾ ਹਾਂ, ਰਵਿਦਾਸ ਜੀ ਨੂੰ ਸੱਦੋ, ਪੰਗਤ ਵਿੱਚ ਬਿਠਾਓ, ਅਸੀਂ ਭੁੱਲ ਦੀ ਖਿਮਾ ਮੰਗਦੇ ਹਾਂ, ਆਪ ਪੂਰਨ ਭਗਤ ਹਨ, ਅਸੀਂ ਪਾਪੀ ਬੰਦੇ ਹਾਂ, ਸੱਦੋ, ਤਦੋਂ ਹੀ ਪ੍ਰਸ਼ਾਦਾ ਛਕਾਂਗੇ। ਇਸ ਪੰਡਿਤ ਦੀ ਆਵਾਜ਼ ਦੇ ਵਿਰੁੱਧ ਕੋਈ ਨਹੀਂ ਬੋਲਿਆ, ਜਿਸ ਤੋਂ ਭਾਵ ਹੈ ਕਿ ਸਾਰੇ ਸਹਿਮਤ ਹੋ ਗਏ, ਕਿਉਂਕਿ ਭਗਵਾਨ ਜੀ ਨੇ ਉਹਨਾਂ ਨੂੰ ਹੱਥ ਉੱਤੇ ਸਰੋਂ ਜਮਾ ਕੇ ਦਿਖਾਈ, ਰਵਿਦਾਸ ਜੀ ਪੰਗਤ 'ਚ ਆਏ। ਉਹਨਾਂ ਨੇ ਆਸਣ ਉੱਤੇ ਉਹਨਾਂ ਨੂੰ ਬਿਠਾਇਆ ਗਿਆ, ਭੋਜਨ ਪਰੋਸ ਕੇ ਥਾਲ ਅੱਗੇ ਰੱਖਿਆ, ਭਗਤ ਜੀ ਪ੍ਰਸ਼ਾਦ ਛਕਣ ਲੱਗੇ, ਪੰਡਿਤਾਂ ਨੇ ਵੀ ਛਕ ਲਿਆ, ਸੰਤ ਤੇ ਮਹਾਤਮਾ ਵੀ ਖਾਂਦੇ ਰਹੇ, ਹਰ ਪਾਸਿਓਂ ਸਾਧ ਉੱਠ ਰਹੀ ਸੀ, ਧੰਨ ਰਵਿਦਾਸ ਭਗਤ, ਜੈ ਹੋ ਰਵਿਦਾਸ ਭਗਤ ਜੀ ਦੀ। ਰਵਿਦਾਸ ਜੀ ਚਤੌੜ ਬਹੁਤ ਚਿਰ ਰਹੇ, ਮੀਰਾਬਾਈ ਵੀ ਉਹਨਾਂ ਦਿਨੀ ਰਵਿਦਾਸ ਜੀ ਦੀ ਚੇਲੀ ਬਣੀ, ਜੋ ਕਿ ਕ੍ਰਿਸ਼ਨ ਭਗਤੀ ਦੇ ਵਿੱਚ ਬਹੁਤ ਮਸ਼ਹੂਰ ਹੋਈ ਹੈ। ਰਵਿਦਾਸ ਜੀ ਬਹੁਤ ਵੱਡੇ ਪਰਮਾਤਮਾ ਭਗਤ ਸਨ, ਭਗਵਾਨ ਉਹਨਾਂ ਉੱਤੇ ਦਿਆਲੂ ਸਨ, ਜੋ ਸੇਵਕ ਉਹਨਾਂ ਦੀ ਕਥਾ ਪ੍ਰੇਮ ਦੇ ਨਾਲ ਸੁਣੇ ਅਤੇ ਜਾਤ ਪਾਤ ਦੇ ਭਰਮਾਂ ਤੋਂ ਸੁਤੰਤਰ ਹੋ ਕੇ ਹਰ ਜਾਤ ਦੇ ਪੁਰਸ਼ ਦੇ ਨਾਲ ਪਿਆਰ ਕਰੇ, ਭਗਵਾਨ ਨੂੰ ਚੇਤੇ ਰੱਖੇ, ਉਸਦੀ ਜ਼ਰੂਰ ਕਲਿਆਣ ਹੋਵੇਗੀ। ਉਹ ਜਨਮ ਮਰਨ 'ਤੇ 84 ਦੇ ਗੇੜ 'ਚ ਨਹੀਂ ਆਵੇਗਾ। ਸਭ ਜੀਵ ਜੰਤੂ, ਕੀੜੇ ਮਕੌੜੇ ਅਤੇ ਬਨਸਪਤੀ ਸਭ ਭਗਵਾਨ ਕਿਰਤ ਹਨ, ਕਿਸੇ ਨਾਲ ਘਿਰਨਾ ਨਹੀਂ ਕਰਨੀ ਚਾਹੀਦੀ, ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਫਿਰ ਰਵਿਦਾਸ ਜੀ ਦੇ ਕਥਨ ਦੇ ਅਨੁਸਾਰ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਈਦਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਿਕ ਜਲ ਤਰੰਗ ਜੈਸਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।